ਸਾਂਝਾ ਪੰਜਾਬ ਦੇਖ ਰਹੇ ਸਾਰੇ ਦਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਤਰੀ ਕਾਲ ਹਰ ਵੀਕ ਦੀ ਤਰ੍ਹਾਂ ਇਸ ਵੀਕ ਨੂੰ ਮੈਂ ਇਹੀ ਸੁਨੇਹਾ ਲੈ ਕੇ ਆਈਆਂ ਕਿ ਆਪਾਂ ਆਪਣੇ ਭਾਰ ਨੂੰ ਕਿਵੇਂ ਮੈਨੇਜ ਵਿੱਚ ਕਰਨਾ weight ਨੂੰ ਲਾਸ ਕਰਨ ਦੇ ਲਈ ਸਾਰੇ ਹੀ ਬਰੜ ਹੁੰਦੇ ਆ ਕਿ ਸਾਡਾ ਭਾਰ ਦਿਨ-ਦਿਨ ਵੱਧਦਾ ਜਾ ਰਿਹਾ ਹੈ ਕਈ ਵਾਰੀ ਅਸੀਂ 언ਹੈਲਥੀ ਡਾਈਟ ਦੇ ਨਾਲ ਭਾਰ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਨਾਲ ਅਸੀਂ ਕਈ ਹੋਰ ਪ੍ਰੋਬਲਮਾਂ ਨੂੰ ਸਹਿੇੜ ਲੈਂਦੇ ਹਾਂ ਜਿਵੇਂ ਕਿ ਸਾਡੇ ਬੋਨਸ ਦੇ ਵਿੱਚ ਪੇਨ ਹੋਣੀ ਸਾਡੀ ਸਕਿਨ ਦਾ ਲੂਜ਼ ਹੋ ਜਾਣਾ ਦੋ ਚਾਰ ਮਹੀਨਿਆਂ ਦੇ ਵਿੱਚ ਅਸੀਂ 5-7 ਪਾਉਂਡ ਲਾਸਟ ਕਰ ਲਿਆ ਪਰ ਸਾਡੀ ਜ਼ਿੰਦਗੀ ਭਰ ਦੀਆਂ ਪ੍ਰੋਬਲਮਾਂ ਸਾਡੇ ਨਾਲ ਲੱਗ ਗਈਆਂ ਅਸੀਂ ਵੀਕਨੈਸ ਵਾਲ ਚਲੇ ਗਏ ਸਾਡੇ ਵਾਲ ਝੜਨੇ ਸ਼ੁਰੂ ਹੋ ਗਏ ਸਾਡੀਆਂ ਲੈਗਸ ਵਿੱਚ ਪੇਨ ਹੋਣੀ ਸ਼ੁਰੂ ਹੋ ਗਈ ਜਾਂ ਅਸੀਂ ਬਹੁਤ ਹੀ ਵੀਕਨੈਸ ਵਾਲੀ ਇੱਕ ਜ਼ਿੰਦਗੀ ਦੇ ਵਿੱਚ ਪੈ ਜਾਂਦੇ ਹਾਂ ਕਿ ਅਸੀਂ ਕਈ ਵਾਰੀ ਖੁਸ਼ੀ ਨਹੀਂ ਹੋ ਪਾਉਂਦੇ ਕਿ ਅਸੀਂ weight ਤੇ ਲਾਸਟ ਕਰ ਲਿਆ ਪਰ ਸਾਡੀ ਸਕਿਨ ਵੀ ਚਲ ਗਈ ਆ ਸਾਡੇ ਹੈਅਰ ਵੀ ਲਾਸ ਹੋਣੇ ਸ਼ੁਰੂ ਹੋ ਗਿਆ ਮੈਂ ਉਸ ਡਾਈਟ ਨੂੰ ਨਹੀਂ ਫਾਲੋ ਕਰਨਾ ਸੀ ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਡੇ ਨੇਚਰਲ ਤਰੀਕੇ ਦੇ ਬਣੇ ਪ੍ਰੋਡਕਟ ਦੀ ਵਰਤੋਂ ਕਰੋ ਜਿਸ ਦੇ ਨਾਲ ਮਹੀਨੇ ਦੇ ਵਿੱਚ ਅਸੀਂ 8 ਤੋਂ ਲੈ ਕੇ 12 ਪਾਉਂਡ ਭਾਰ ਵੀ ਘਟਾ ਸਕਦੇ ਆ ਆਪਣੀ ਸਕਿਨ ਨੂੰ ਵੀ ਹੱਦ ਤੱਕ ਗਲੋ ਰੱਖ ਸਕਦੇ ਆ ਕਈ ਵਾਰੀ ਇਹ ਹੁੰਦਾ ਹੈਗਾ ਕਿ ਸੀਜ਼ਨ ਦੇ ਹਿਸਾਬ ਨਾਲ ਅਸੀਂ 4 ਤੋਂ 5 ਪਾਉਂਡ weight ਨੂੰ ਗੇਨ ਕਰਦੇ ਆ ਪਰ ਅਸੀਂ ਜੇ ਮੰਥ ਦੇ ਵਿੱਚ ਇੱਕ ਤੋਂ ਦੋ ਵਾਰੀ ਡੀਟੌਕਸ ਪ੍ਰੋਗਰਾਮ ਦੀ ਵਰਤੋਂ ਕਰੀਏ ਜਿਹਦੇ ਨਾਲ ਅਸੀਂ ਆਪਣਾ water weight ਹਮੇਸ਼ਾ ਦੀ ਤਰ੍ਹਾਂ ਰੱਖ ਸਕਦੇ ਆ ਉਹਨੂੰ ਅਸੀਂ ਲੂਸ ਕਰਕੇ ਜਿੰਨੇ ਹੱਦ ਤੱਕ ਚਾਹੀਏ 4 ਤੋਂ 5 ਪੌਂਡ ਲੂਸ ਕਰਕੇ ਆਪਣੀ ਹਾਈਟ ਦੇ ਮੁਤਾਬਕ ਉਮਰ ਪਰ ਮੇਨਟੇਨ ਵੀ ਕਰ ਸਕਦੇ ਆ ਸਾਰਿਆਂ ਨੂੰ ਇਹੀ ਚਾਹੀਦਾ ਕਿ ਮਾਰਨਿੰਗ ਡਾਈਟ ਦੇ ਵਿੱਚ ਹਾਈ ਪ੍ਰੋਟੀਨ ਤੇ ਕਾਰਬੋਹਾਈਡਰੇਟਸ ਨਾ ਲੈ ਜਾਣ ਤੇ ਦੁਪਹਿਰ ਨੂੰ ਇੱਕ ਹੈਲਥੀ ਮੀਲ ਲਿਆ ਜਾਵੇ ਤੇ ਨਾਲ ਨਾਲ ਜਿਹੜੇ ਸਪਲੀਮੈਂਟਸ ਹੈਗੇ ਉਹਨਾਂ ਦੀ ਵਰਤੋਂ ਕੀਤੀ ਜਾਵੇ ਜਿਹਦੇ ਨਾਲ ਤੁਹਾਡੀ ਬੋਡੀ ਨੂੰ ਭੁੱਖ ਨੂੰ ਕੰਟਰੋਲ ਕੀਤਾ ਜਾਵੇ ਤੇ ਨਾਲ ਨਾਲ ਤੁਹਾਡਾ ਮਟਾਬੋਲਿਜ਼ਮ ਅੰਦਰੋਂ ਜਾ ਕੇ ਫਾਸਟ ਹੋਵੇ ਕਿ ਜਿਹੜੀਆਂ ਤੁਸੀਂ ਐਕਸਟਰਾ ਖਾਧੀਆਂ ਹੋਈਆਂ ਕੈਲਰੀਜ਼ ਉਹਨਾਂ ਨੂੰ ਬਰਨ ਵੀ ਉਹ ਕਰ ਸਕੇ ਸੋ ਸਾਰੀਆਂ ਹੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ ਤੁਸੀਂ ਸਾਡੇ ਨੇਚਰਲ ਪ੍ਰੋਡਕਟ ਦੀ ਵਰਤੋਂ ਕਰੋ ਜਿਹਦੇ ਨਾਲ ਤੁਸੀਂ ਤੁਹਾਡੀ ਬੋਡੀ ਦੇ ਨਾਲ ਜਿਹੜੀਆਂ ਹੋਰ ਇਸ਼ੂਜ਼ ਜੁੜਦੇ ਆ ਪ੍ਰੋਬਲਮਸ ਜੁੜਦੀਆਂ ਉਹਨਾਂ ਨੂੰ ਘਟਾਉਂਦਿਆਂ ਹੋયા ਤੇ weight ਨੂੰ ਲਾਸਟ ਕਰਦਿਆਂ ਹੋਇਆ skin ਨੂੰ ਗਲੋ ਕਰਦਿਆਂ ਹੋਇਆ ਤੇ ਆਪਣੀ ਬਿਊਟੀ ਨੂੰ ਕਾਇਮ ਰੱਖਦਿਆਂ ਹੋਇਆ ਸਮਰ ਤੇ ਬਿੰਤਰ ਵਿੱਚ ਆਪਣੇ ਕੱਪੜੇ ਪਾਉਣ ਦੇ ਯੋਗ ਹੋ ਸਕਦੇ ਹੋ ਕਿਸੇ ਵੀ ਟਾਈਮ ਕਿਸੇ ਵੀ ਵੇਲੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 4166027479 ਕਿਸੇ ਨੇ ਪ੍ਰੋਡਕਟ ਤੋਂ ਬਿਨਾ ਮੇ ਤੋਂ ਰੈਸਪੀਸ ਦੀ ਜਾਣਕਾਰੀ ਲੈਣੀ ਹੋਵੇ ਜਾਂ ਸਾਡੇ ਨਾਲ ਜੁਆਇਨ ਕਰਨਾ ਹੋਵੇ ਤੁਸੀਂ ਕਿਸੇ ਵੀ ਟਾਈਮ ਕਾਲ ਕਰੋ ਥੈਂਕ ਯੂ ਐਂਡ ਸਤਿ ਸ਼੍ਰੀ ਅਕਾਲ